ਸਾਤ ਸੰਗਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਅੱਗੇ ਆਉਣ ਵਾਲੇ ਭਿਆਨਕ ਸਮੇਂ ਦੀਆਂ ਭਵਿੱਖ ਬਾਣੀਆਂ ਤੇ ਆਪਾਂ ਸਮਝੀਆਂ ਹੀ ਨੇ ਤੇ ਸਾਤ ਸੰਗਤ ਉਹ ਸਮਾਂ ਆ ਕੇ ਰਹਿਣਾ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹ ਸਮਾਂ ਆਉਣਾ ਹੀ ਆਉਣਾ ਹੈ ਉਸ ਨੂੰ ਕੋਈ ਰੋਕ ਨਹੀਂ ਸਕਦਾ ਇਹ ਕਿਸੇ ਦੇ ਵਸ ਦੀ ਗੱਲ ਨਹੀਂ ਹੈ ਇਹ ਕਿਸੇ ਦੇ ਜਿਹੜੀ ਹੈ ਗੱਲ ਵਸ ਵਿੱਚ ਆਉਣ ਵਾਲੀ ਨਹੀਂ ਹੈ ਇਹ ਗੱਲ ਜਿਹੜੀ ਹੈ ਸਮਝਣ ਵਾਲੀ ਹੈ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਦੇ ਸਦਕਾ ਆਪਾਂ ਅੱਜ ਸਮਝਾਂਗੇ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਣਾ ਹੈ ਗੁਰੂ ਦੇ ਬਚਨਾਂ ਦੇ ਮੁਤਾਬਕ ਪਹਿਲਾਂ ਤਾਂ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਿਆਰਿਓ ਆਪਾਂ ਦੇਖਦੇ ਆ ਗੁਰਬਾਣੀ ਦੇ ਵਿੱਚ ਵੀ ਉਹ ਸਮੇਂ ਦੀਆਂ ਗੱਲਾਂ ਕੀਤੀਆਂ ਗੰਨਿਆਂ ਨੇ ਜਦੋਂ ਬਾਬਰ ਚੜ੍ਹ ਕੇ ਆਇਆ ਬਹੁਤ ਨੁਕਸਾਨ ਕੀਤਾ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਵਰਗਿਆਂ ਨੂੰ ਜਾਵਰ ਵੀ ਕਹਿ ਦਿੱਤਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਵਰਗਿਏ ਉਹਨਾਂ ਮਹਾਨ ਸ਼ਖਸੀਅਤਾਂ ਨੇ ਪੰਜਾ ਲਾ ਕੇ ਪੱਥਰ ਵੀ ਰੋਕ ਦਿੱਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਧਰਤੀ ਨੂੰ ਸੁਹਾਵਾ ਕਰ ਦਿੱਤਾ ਨਨਕਾਣਾ ਸਾਹਿਬ ਦੀ ਧਰਤੀ ਨੂੰ ਸੁਹਾਵਾ ਕਰ ਦਿੱਤਾ ਉਥੇ ਅਵਤਾਰ ਧਾਰ ਕੇ ਪ੍ਰਕਾਸ਼ਵਾਨ ਹੋ ਕੇ ਬੜੇ ਦੁੱਖ ਦੀ ਗੱਲ ਹੈ ਮੈਂ ਇੱਕ ਬੇਨਤੀ ਕਰ ਜਾਵਾਂ ਸਾਡੇ ਜਿਹੜੇ ਉਹ ਧਾਰਮਿਕ ਸਥਾਨ ਨੇ ਗੁਰਦੁਆਰਾ ਡੇਰਾ ਬਾਬਾ ਨਾਨਕ ਲਾਹੌਰ ਦੇ ਵਿੱਚ ਨਨਕਾਣਾ ਸਾਹਿਬ ਪਾਕਿਸਤਾਨ ਉਹ ਸਾਰੇ ਜਿਹੜਾ ਗੁਰੂ ਘਰ ਨੇ ਇਹ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਹੋਰ ਅਨੇਕਾਂ ਗੁਰੂ ਘਰ ਨੇ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਸਥਾਨ ਜਿਹੜਾ ਔਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਸਥਾਨ ਤੇ ਹੋਰ ਵੀ ਕਈ ਇਹੋ ਜਿਹੇ ਸਥਾਨ ਨੇ ਜਿੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਿਆਹ ਸਮਾਗਮ ਹੋਇਆ ਤੇ ਵਿਆਹ ਕੇ ਗਏ ਤਲਵੰਡੀ ਉਹ ਸਾਰੇ ਸਥਾਨ ਪਾਕਿਸਤਾਨ ਦੇ ਵਿੱਚ ਰਹਿ ਗਏ ਸਾਡੀਆਂ ਮਾੜੀਆਂ ਸਰਕਾਰਾਂ ਨੇ ਉਹ ਸਥਾਨ ਸਾਤੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਖੋਲ ਲਏ ਚਲੋ ਇੱਕ ਲੰਬਾ ਵਿਸ਼ਾ ਪਰ ਯਾਦ ਰੱਖਿਓ ਜਿਵੇਂ ਜਿਵੇਂ ਸਤਿਗੁਰ ਨੇ ਕਿਹਾ ਓਮੇ ਓਮੇ ਸਭ ਕੁਝ ਹੋ ਗਿਆ ਸਤਗੁਰ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਸੀ ਕਿ ਭਾਰਤ ਤੇ ਚੀਨ ਦੀ جنگ ਹੋਣੀ ਹੈ ਉਹ ਵੀ ਹੋਈ ਪਾਤਸ਼ਾਹ ਨੇ ਇਹ ਕਿਹਾ ਕਿ ਭਾਰਤ ਦੀ ਰਾਜਧਾਨੀ ਭਾਵ ਭਾਰਤ ਦੇ ਉੱਤੇ ਇੱਕ ਔਰਤ ਨੇ ਰਾਜ ਕਰਨਾ ਰੰਡੀ ਔਰਤ ਤੇ ਉਹ ਆਪਾਂ ਵੇਖਿਆ ਉਹ ਸਭ ਕੁਝ ਹੋਇਆ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਵੀ ਗੱਲ ਕੀਤੀ ਉਹ ਵੀ ਹੋ ਕੇ ਰਿਹਾ ਵੰਡ ਦੀ ਗੱਲ ਵੀ ਕੀਤੀ ਉਹ ਵੀ ਪਹਿਲਾਂ ਹੋ ਚੁੱਕਿਆ ਹੈ ਤੇ ਸਾਧ ਸੰਗਤ ਤੇ ਅਰਦਾਸ ਵਿੱਚ ਆਪਾਂ ਪੜਦੇ ਆਂ ਸ੍ਰੀ ਨਨਕਾਣਾ ਸਾਹਿਬ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤੇ ਸਾਧ ਸੰਗਤ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਜਦੋਂ ਤੋਂ ਵੰਡ ਹੋਈ ਹੈ ਪਿਆਰਿਓ ਉਦੋਂ ਤੋਂ ਆਪਾਂ ਨੂੰ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਨਹੀਂ ਹੋ ਰਹੇ ਪਹਿਲਾਂ ਲਾਹੌਰ ਜਾਣ ਵੇਲੇ ਕੋਈ ਵੀਜ਼ਾ ਜਾ ਕੋਈ ਸਰਹੱਦ ਟੱਪਣ ਦੀ ਲੋੜ ਨਹੀਂ ਸੀ ਜਿਵੇਂ ਆਪਾਂ ਇੱਥੋਂ ਚੱਲ ਕੇ ਅੰਮ੍ਰਿਤਸਰ ਜਾਂਦੇ ਆ ਇਦਾਂ ਹੀ ਲੋਕ ਗਾਹਾਂ ਜਾਂਦੇ ਸਨ ਇੱਥੋਂ ਟ੍ਰੇਨ ਚੜ੍ਹ ਕੇ ਜਿੱਦਾਂ ਅੰਮ੍ਰਿਤਸਰ ਜਾਈਦਾ ਇੱਥੋਂ ਸਿੱਧੀ ਜਿਹੜੀ ਹੈ ਲਾਹੌਰ ਦੀ ਟਿਕਟ ਮਿਲਦੀ ਸੀ ਪਿਆਰਿਓ ਗੁਜਰਾਵਾਲਾ ਹੋਰ ਅਨੇਕਾਂ ਅਸਥਾਨ ਜਿੱਥੇ ਆਪਾਂ ਜਾ ਸਕਦੇ ਸੀ ਜਿੱਥੇ ਟ੍ਰੇਨ ਜਾਂਦੀ ਸੀ ਪਾਕਿਸਤਾਨ ਦੇ ਵਿੱਚ ਸਿੱਧਾ ਆਪਾਂ ਐਂਟਰ ਹੋ ਸਕਦੇ ਸੀ ਚਲੋ ਸਮਾਂ ਬਦਲਿਆ ਕੁਝ ਸਰਕਾਰਾਂ ਨੇ ਸਭ ਕੁਝ ਕੀਤਾ ਪਰ ਸਤਿਗੁਰੂ ਨੇ ਉਹ ਸਭ ਕੁਝ ਪਹਿਲਾਂ ਹੀ ਬਿਆਨ ਕਰ ਦਿੱਤਾ ਸੀ ਤੇ ਦੁਨੀਆ ਦੇ ਅੰਤ ਬਾਰੇ ਵੀ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਬਿਆਨ ਕਰ ਦਿੱਤਾ ਪਾਤਸ਼ਾਹ ਕਹਿੰਦੇ ਨੇ ਜਦੋਂ 8800 ਅਰਬ ਕਰੋੜ ਆਬਾਦੀ ਜਿਹੜੀ ਹੈ ਉਹ ਇਸ ਧਰਤੀ ਦੀ ਹੋ ਗਈ ਨਾ ਉਸ ਵੇਲੇ ਕਹਿੰਦੇ 600 ਅਰਬ ਜਿਹੜੀ ਦੁਨੀਆ ਖਤਮ ਹੋ ਜਾਣੀ ਹੈ ਬਾਕੀ ਜਿਹੜੇ ਬਚਣਗੇ ਉਹ ਹੋਣਗੇ ਜਿਹੜੇ ਨਾਮ ਸਿਮਰਨ ਨਾਲ ਜੁੜੇ ਹੋਣਗੇ ਜਿਹੜੇ ਗੁਰਬਾਣੀ ਨਾਲ ਜੁੜੇ ਹੋਣਗੇ ਹੁਣ ਕਈ ਕਹਿੰਦੇ ਜੀ ਇਹਨੂੰ ਕਿਸ ਤਰ੍ਹਾਂ ਸੱਚ ਮੰਨ ਲਿਆ ਜਾਏ ਇਹਨੂੰ ਕਿਵੇਂ ਸੱਚ ਜੇ ਤੇ ਗੁਰੂ ਤੇ ਭਰੋਸਾ ਹੈ ਤੇ ਸੱਚ ਮੰਨਣ ਦੇ ਵਿੱਚ ਕੋਈ ਓਕਿਆਈ ਨਹੀਂ ਹੈ ਜੇ ਗੁਰੂ ਤੇ ਭਰੋਸਾ ਹੀ ਨਹੀਂ ਹੈ ਫੇਰ ਭਾਵੇਂ ਤੁਸੀਂ ਸੱਚ ਮੰਨੋ ਜਾਂ ਝੂਠ ਮੰਨੋ ਇਹ ਤੁਹਾਡੀ ਆਪਣੀ ਥਿੰਕਿੰਗ ਹੈ ਇਸ ਦੇ ਬਾਰੇ ਆਪਾਂ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਸਤ ਸੰਗਤ ਕਹਿਣ ਤੋਂ ਭਾਵ ਇਹ ਵੇ ਕਿ ਯਾਦ ਰੱਖਿਓ ਜੋ ਕਿਹਾ ਗਿਆ ਉਹ ਹੋ ਕੇ ਜ਼ਰੂਰ ਰਹਿਣਾ ਇਸ ਗੱਲ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ ਜੇ ਸਤਗੁਰੂ ਨੇ ਕਿਹਾ ਹੈ ਤੇ ਹੋਏਗਾ ਜ਼ਰੂਰ ਤੇ ਪਿਆਰਿਓ ਜੇ ਸਤਿਗੁਰ ਸੱਚੇ ਪਾਤਸ਼ਾਹ ਤੇ ਭਰੋਸਾ ਤੇ ਯਾਦ ਰੱਖਿਓ ਤੁਹਾਡਾ ਵਾਲ ਵੀ 빙ਾ ਨਹੀਂ ਹੋ ਸਕਦਾ ਇਹ ਉਹਨਾਂ ਲੋਕਾਂ ਦਾ ਘਾਣ ਹੋਣਾ ਜਿਹੜੇ ਲੋਕ ਗੁਰਬਾਣੀ ਤੋਂ ਗੁਰੂ ਤੋਂ ਟੁੱਟੇ ਹੋਏ ਨੇ ਜਿਹੜੇ ਅੱਜਕੱਲ ਲੋਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਕਰਕੇ ਆਪਣੇ ਆਪ ਨੂੰ ਸੂਰਮੇ ਕਹਾ ਰਹੇ ਨੇ ਯਾਦ ਰੱਖਿਓ ਪਾਤਸ਼ਾਹ ਕਹਿੰਦੇ ਨੇ ਜਿਹੜੇ ਅਡੋਲ ਰਹਿਣਗੇ ਮੇਰੇ ਠਾਕੁਰ ਪੂਰੇ ਤਖਤ ਅਡੋਲ ਪਾਰਸ਼ਾ ਕਹਿੰਦੇ ਜਿਹੜੇ ਅਡੋਲ ਰਹਿਣਗੇ ਉਸ ਪੂਰੇ ਗੁਰੂ ਦੇ ਨਾਲ ਜੁੜ ਕੇ ਅਡੋਲਤਾ ਦੇ ਵਿੱਚ ਰਹਿਣਗੇ ਉਹੀ ਬਚਣਗੇ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਸਾਹਿਬ ਜਿਹੜੇ ਸਾਹਿਬ ਨੂੰ ਸੇਵਣਗੇ ਆਪਣੇ ਪੂਰੇ ਗੁਰੂ ਨੂੰ ਵਿਚਾਰਨਗੇ ਉਸ ਦੀ ਪ੍ਰਯੋਗਸ਼ਾਲਾ ਨੂੰ ਉਸ ਦੀ ਸਿੱਖਿਆ ਨੂੰ ਵਿਚਾਰਨਗੇ ਉਸ ਤੇ ਚੱਲਣਗੇ ਉਹੀ ਬਚਣਗੇ ਬਾਕੀ ਸਾਰਿਆਂ ਦਾ ਅੰਤ ਹੋ ਜਾਣਾ ਤੇ ਪਿਆਰਿਓ ਗੁਰਬਾਣੀ ਨੇ ਵੀ ਇਹ ਗੱਲ ਸਿੱਧ ਕਰ ਦਿੱਤੀ ਪਾਤਸ਼ਾਹ ਕਹਿੰਦੇ ਨੇ ਪੂਰੋ ਪੂਰੋ ਆਖੀਐ ਪੂਰੈ ਤਖਤ ਨਿਵਾਸ ਪਾਤਸ਼ਾਹ ਕਹਿੰਦੇ ਨੇ ਪੂਰਾ ਪੂਰਾ ਸਾਰੇ ਕਹਿੰਦੇ ਨੇ ਪੂਰਾ ਤਖਤ ਨਿਵਾਸ ਉਸ ਪੂਰੇ ਦਾ ਹੀ ਤਖਤ ਦੇ ਨਿਵਾਸ ਹੋਣਾ ਹੈ ਅੱਜ ਵੀ ਹੈ ਪਰ ਉਸ ਪੂਰੇ ਗੁਰੂ ਦੇ ਨਾਲ ਜੁੜ ਕੇ ਉਹੀ ਬਚਣਗੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਦੇ ਬਣ ਜਾਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਣ ਜਾਣਗੇ ਪਿਆਰਿਓ ਉਹੀ ਬਚਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸੁਧਾਰ ਕੇ ਰੱਖਣਗੇ ਬਾਕੀ ਸਾਰਿਆਂ ਦਾ ਨਾਸ਼ ਹੋ ਜਾਣਾ ਹੈ ਸਾਰਿਆਂ ਦਾ ਨਾਸ਼ ਹੋਣਾ ਜੀ ਬਾਕੀ ਆਂਦਾ ਇਸ ਗੱਲ ਨੂੰ ਛੁੱਟਲਾਇਆ ਨਹੀਂ ਜਾ ਸਕਦਾ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਿਆਰਿਓ ਉੱਚਾ ਥਾਨ ਸੁਹਾਵਣਾ ਉੱਪਰ ਮਹੱਲ ਮੋਹਾਰ ਇਥੇ ਸਤਿਗੁਰ ਨੇ ਸ਼ਬਦ ਵਰਤਿਆ ਉੱਪਰ ਇਹਨੂੰ ਕਈ ਮਹਿਲ ਵੀ ਕਹਿ ਦਿੰਦੇ ਨੇ ਕਈ ਮਹੱਲ ਸ਼ਬਦ ਵੀ ਵਰਤਦੇ ਨੇ ਪਰ ਅਸਲ ਮਹਿਲ ਸ਼ਬਦ ਹੀ ਵਰਤਿਆ ਜਾਏਗਾ ਉਚੋ ਥਾਨ ਸੁਹਾਵਣਾ ਉੱਚਾ ਥਾਨ ਸੁਹਾਵਣਾ ਉੱਪਰ ਮਹਿਲ ਮੁਰਾਰ ਉੱਪਰ ਉਹ ਆਪ ਪਿਆਰਾ ਸਤਗੁਰੂ ਬਿਠਾ ਹੈ ਜਿਹੜੇ ਉਹਦੇ ਵਰਗੇ ਉਹਦੇ ਨਾਲ ਜੁੜਨਗੇ ਉਹੀ ਬਚਣਗੇ ਬਾਕੀ ਸਾਰਿਆਂ ਦਾ ਘਾਣ ਹੋਣਾ ਤੇ ਇਸ ਗੱਲ ਤੋਂ ਬਿਲਕੁਲ ਅੱਖੋਂ ਪਰੋਖੇ ਨਾ ਹੋਇਓ ਅੱਜ ਕਲ੍ਹ ਯੁੱਗ ਦਾ ਸਮਾਂ ਚੱਲ ਰਿਹਾ ਹੈ ਇਹ ਸਮਾਂ ਨੰਗੇ ਤੋਂ ਬਾਅਦ ਉਹ ਸਮਾਂ ਆਉਣਾ ਪਿਆਰਿਓ ਜਿਸ ਸਮੇਂ ਦੇ ਦੌਰਾਨ ਸਤਗੁਰਾਂ ਨੇ ਜ਼ਿਕਰ ਕੀਤਾ ਜਦੋਂ ਦੁਨੀਆ ਬਿਲਕੁਲ ਅੰਤਿਮ ਚਰਮ ਤੇ ਜੜੀ ਹੈ ਉਹ ਖੜੀ ਹੋਏਗੀ ਇਸ ਗੱਲ ਨੂੰ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ